ਪੰਜਾਬ ਵਿੱਚ ਵੱਧ ਰਹੇ ਡੀਜ਼ਲ ਦੇ ਰੇਟਾਂ ਤੇ ਪਰੇਸ਼ਾਨ ਮਿੰਨੀ ਬੱਸ ਯੂਨੀਅਨ ਅੰਮ੍ਰਿਤਸਰ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੂਨੀਅਨ ਪ੍ਰਧਾਨ ਮੇਜਰ ਸਿੰਘ ਨੇ ਦੱਸਿਆ ਕਿ ਚੋਣਾਂ ਦੌਰਾਨ ਮੋਦੀ ਵੱਲੋਂ ਕੀਤੇ ਵਾਅਦੇ ਝੂਠੇ ਸਾਬਤ ਹੋ ਰਹੇ ਹਨ। ਕਾਂਗਰਸ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਡੀਜ਼ਲ ਦੇ ਰੇਟ 35 ਰੁਪਏ ਪ੍ਰਤੀ ਲੀਟਰ ਸੀ, ਪਰ ਹੁਣ ਇਹ 65 ਰੁਪਏ ਲੀਟਰ ਤੱਕ ਪਹੁੰਚ ਚੁੱਕਾ ਹੈ, ਜਿਸ ਨਾਲ ਬੱਸ ਆਪਰੇਟਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਡੀਜ਼ਲ ਨੂੰ ਵੀ GST ਦੇ ਘੇਰੇ ਵਿੱਚ ਲਿਆਂਦਾ ਜਾਵੇ। ਜੇਕਰ ਮੋਦੀ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ 1 ਮਾਰਚ ਵਾਲੇ ਦਿਨ ਸੜਕਾਂ ਜਾਮ ਕਰਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਆਪਣਾ ਸਟੇ ਹੋਈ ਹੈ ਜੀ ਕਿ ਡੀਜ਼ਲ ਦੀ ਮਾਰ ਜਿਹੜੀ ਆ ਉਹ ਕਿਸਾਨਾਂ ਨੂੰ ਵੀ ਪੈਣ ਡਈ ਆ ਤੇ ਸਾਨੂੰ ਬੱਸ ਆਪਰੇਟਰਾਂ ਨੂੰ ਵੀ ਪੈਣ ਡਈ ਆ। ਡੀਜ਼ਲ ਦਾ ਰੇਟ ਜਿਹੜਾ ਉਹ ਬੇਹੱਦ ਜ਼ਿਆਦਾ ਤੇ ਇਸ ਕਰਕੇ ਸਾਡੀ ਸਰਕਾਰ ਤੋਂ ਮੰਗਿਆ ਵੀ ਜੇ ਹੋਰ ਚੀਜ਼ਾਂ ਜਿਹੜੀਆਂ GST ਦੇ ਘੇਰੇ 'ਚ ਲੈਂਦੀਆਂ ਤੇ ਪੈਟਰੋਲ ਡੀਜ਼ਲ ਨੂੰ ਵੀ GST ਦੇ ਘੇਰੇ 'ਚ ਲਾਉਣਾ ਚਾਹੀਦਾ। ਇਹ ਮੋਦੀ ਲੋਕਾਂ ਨੂੰ ਅੱਛੇ ਦਿਨ ਵਿਖਾਉਂਦਾ ਸੀ, ਜਦੋਂ ਕਾਂਗਰਸੀ ਸਰਕਾਰ ਸੀ ਇਹੋ ਡੀਜ਼ਲ ਜਿਹੜਾ ਜਦੋਂ ਡੀਜ਼ਲ ਦਾ ਰੇਟ 56 ਰੁਪਈਏ ਡਾਲਰ ਪ੍ਰਤੀ ਬੈਰਲ ਸੀ ਅਤੇ ਡੀਜ਼ਲ ਦਾ ਰੇਟ ਜਿਹੜਾ ਉਹ 35 ਰੁਪਈਏ ਸੀ। ਅੱਜ ਇਹਦੀ ਮੋਦੀ ਦੀ ਸਰਕਾਰ ਆਈ ਆ, ਇਹਨੇ ਅੱਛੇ ਦਿਨ ਲੋਕਾਂ ਨੂੰ ਆਹ ਵਿਖਾਏ ਨੇ ਵੀ ਜਿਹੜੀ 56 ਰੁਪਈਏ ਡਾਲਰ ਪ੍ਰਤੀ ਬੈਰਲ ਅੱਜ ਕੱਚੇ ਤੇਲ ਦਾ ਰੇਟ ਆ ਅਤੇ 65 ਰੁਪਈਏ ਡੀਜ਼ਲ ਦਾ ਰੇਟ ਇਹਨੇ ਕਰਤਾ, ਜੋ ਕਿ ਬਹੁਤ ਹੀ ਨਿੰਦਣਯੋਗ ਆ। ਅਸੀਂ ਇਹਦੀ ਪੁਰ ਜ਼ੋਰ ਸ਼ਬਦਾਂ ਦੀ ਨਿਖੇਧੀ ਕਰਦੇ ਹਾਂ। ਅਸੀਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਜੀ ਵਿਰੋਧ ਦੇ ਵਿੱਚ। ਅਜੇ ਅਗਰ ਮੋਦੀ ਸਰਕਾਰ ਦੀ ਜੰਨਾ ਕੰਨਾਂ ਦੇ ਜੂਨ ਨਾ ਸਰਕੀ ਤਾਂ ਅਸੀਂ 1 ਮਾਰਚ ਨੂੰ ਪੰਜਾਬ ਲੈਵਲ 'ਤੇ ਵੱਡਾ ਧਰਨਾ ਦੇ ਕੇ ਰੋਡ ਬੰਦ ਕਰਕੇ ਹੋਰ ਵੀ ਰੋਸ ਪ੍ਰਦਰਸ਼ਨ ਕਰਾਂਗੇ ਅਤੇ ਮੋਦੀ ਸਰਕਾਰ ਦੇ ਇਹ ਜਿਹੜੇ ਧੱਕੇਸ਼ਾਹੀ ਆ ਇਹਦੇ ਵਿਰੁੱਧ ਆਪਣਾ ਸੰਘਰਸ਼ ਜਾਰੀ ਰੱਖਾਂਗੇ।